ਮੇਰੇ ਦੋ ਅਕਾਊਂਟਾਂ ਚੋਂ ਪੈਸੇ ਜਿਹੜੇ ਆ ਉਹ ਉੱਡ ਗਏ। ਪੈਨਸ਼ਨ 31 ਤਰੀਕ ਨੂੰ ਕ੍ਰੈਡਿਟ ਹੋਈ ਸੀ, ਉਹ ਪੈਸੇ ਸਾਰੇ ਜਿਹੜੇ ਜੀਰੋ ਬੈਲੈਂਸ ਹੋ ਗਿਆ। ਲਿਮਿਟ ਸੀਗੀ 10 ਲੱਖ ਦੀ, ਉਹਦੀ ਲਿਮਿਟ 10 ਲੱਖ ਪੂਰਾ ਦਾ ਪੂਰਾ ਜਿਹੜਾ ਵਾ ਸਾਈਬਰ ਠੱਗਾਂ ਨੇ ਉਹ ਵੀ ਪੈਸੇ ਦੇ ਜਿਹੜੇ ਆ ਸਾਰੇ ਕਢਵਾ ਲਿੱਤੇ ਜਾਏ। ਮੇਰੀ ਜਿਹੜੀ ਸਿਮ ਵਾ ਉਹ ਕਿੱਦਾਂ ਬੰਦ ਹੋਈ ਜਾਂ ਏਅਰਟੈਲ ਕੰਪਨੀ ਦਾ ਕੀ ਹੱਥ ਆ ਮੇਰੀ ਸਿਮ ਬੰਦ ਕਰਵਾਉਣ ਦਾ? ਕੋਈ ਮੈਸੇਜ ਨਹੀਂ, ਕੋਈ OTP ਨਹੀਂ, ਬੈਂਕ ਨੇ ਵੀ ਪੈਸੇ ਕਿੱਦਾਂ ਮੇਰੇ ਡੈਬਿਟ ਕਰਵਾ ਦਿੱਤੇ। ਕੁਛ ਕਲਕੱਤੇ ਦੇ ਬੈਂਕ ਆ ਔਰ ਕੁਛ IDBI ਬੈਂਕ ਜਿਹੜਾ ਵਾ ਉਹ ਮੱਧ ਪ੍ਰਦੇਸ਼ ਦਾ ਵਾ ਜਿੱਥੇ ਮੇਰੇ ਪੈਸੇ ਗਏ ਆ। 11 ਲੱਖ ਰੁਪਏ ਦੇ ਕਰੀਬ ਠੱਗੀ ਹੈ। ਬੈਂਕ ਇੰਪਲੋਈ ਰਹੇ ਤੁਸੀਂ, ਕਾਫੀ ਦੇਰ ਬੈਂਕ 'ਚ ਕੰਮ ਕੀਤਾ ਹੈ, ਲੱਗਦਾ ਹੈ ਕਿ ਬੈਂਕ 'ਚ ਪੈਸੇ ਸੇਫ ਨਹੀਂ ਹੈਗੇ ਲੋਕਾਂ ਦੇ? ਪੈਸਾ ਹੁਣ ਬੰਦਾ ਕਿੱਥੇ ਰੱਖੇਗਾ? ਕੋਈ ਵੀ ਪੈਸਾ ਐਕਚੁਅਲੀ ਜਾਣਾ ਰੱਖਣਾ ਤਾਂ ਬੈਂਕਾਂ 'ਚ ਹੀ ਆ। ਬੈਂਕਾਂ 'ਚ ਤਾਂ ਜੋ ਲੱਗਦਾ ਪਿਆ ਕਿ ਅੱਜ ਕੱਲ੍ਹ ਫੰਡ ਜਿਹੜੇ ਆ ਉਹ ਬੈਂਕਾਂ 'ਚ ਵੀ ਸੇਫ ਨਹੀਂ ਹੈਗੇ। ਸਾਈਬਰ ਠੱਗੀਆਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ, ਲੇਕਿਨ ਅੱਜ ਦਾ ਮਾਮਲਾ ਕੁਝ ਵੱਖਰਾ ਹੈ ਕਿਉਂਕਿ ਇਹਦੇ ਵਿੱਚ ਨਾ ਕੋਈ OTP ਹੈ ਨਾ ਕੋਈ ਲਿੰਕ ਆਇਆ। ਸਾਈਬਰ ਠੱਗਾਂ ਵੱਲੋਂ ਸਿਮ ਬਲੌਕ ਕਰਵਾ ਕੇ ਠੱਗੀ ਮਾਰੀ ਗਈ ਹੈ। ਬੈਂਕ ਇੰਪਲੋਈ, ਰਿਟਾਇਰਡ ਬੈਂਕ ਇੰਪਲੋਈ ਨਾਲ ਇਹ ਠੱਗੀ ਹੋਈ ਹੈ। ਹੀਰਾ ਲਾਲ ਅਰੋੜਾ ਜੀ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਦੱਸੋ ਜੀ ਕੀ ਹੈ ਪੂਰਾ ਮਾਮਲਾ, ਕਿੱਦਾਂ ਇਹ ਹੋਇਆ? ਦੇਖੋ ਜੀ, 31 ਤਰੀਕ ਨੂੰ ਮੇਰੀ ਸਿਮ ਬੰਦ ਹੋ ਗਈ ਆ, 31 ਜੁਲਾਈ ਨੂੰ। ਉਸ ਤੋਂ ਬਾਅਦ ਮੈਂ ਸਿਮ ਮੈਨੂੰ ਪਤਾ ਨਹੀਂ ਲੱਗਾ ਕਿ ਉਹ ਬੰਦ ਹੋਈ ਆ। ਮੈਂ ਇੰਕੁਆਇਰੀ ਕਰਦਾ ਰਿਹਾ ਜਾਂ ਮੈਂ ਸੈਟਿੰਗ 'ਚ ਜਾ ਕੇ ਦੇਖਦਾ ਰਿਹਾ ਵੀ ਮੇਰੀ ਸਿਮ ਕਿਉਂ ਬੰਦ ਹੋਈ ਹੈ। ਜੇ ਉਸ ਤੋਂ ਪਤਾ ਮੈਨੂੰ ਪਤਾ ਨਹੀਂ ਲੱਗਿਆ, ਮੈਂ ਇੰਕੁਆਇਰੀ ਕੀਤੀ ਹੈ ਫਿਰ ਏਅਰਟੈਲ ਆਫ 2 ਤਰੀਕ ਨੂੰ ਮੇਰੀ ਸਿਮ ਪੂਰੀ ਤਰ੍ਹਾਂ ਬੰਦ ਰਹੀ ਆ। 2 ਅਗਸਤ ਨੂੰ ਮੈਂ ਏਅਰਟੈਲ ਆਫਿਸ ਗਿਆ ਵਾਂ, ਪਤਾ ਕੀਤਾ ਵਾ ਕਿ ਮੇਰੀ ਸਿਮ ਜਿਹੜੀ ਆ ਉਹ ਕਿਉਂ ਨਹੀਂ ਚੱਲਦੀ ਪਈ। ਉਹਨਾਂ ਨੇ ਕਿਹਾ ਜੀ ਤੁਹਾਡੀ ਸਿਮ ਜਿਹੜੀ ਆ ਉਹ ਬੰਦ ਹੋ ਚੁੱਕੀ ਆ, ਫਿਰ ਮੈਂ ਇਹਨਾਂ ਨੂੰ ਜੇ ਚਾਲੂ ਕਰਵਾਉਣੀ ਆ ਤੁਸੀਂ ਅਤੇ ਤੁਹਾਨੂੰ 1/2 ਘੰਟੇ ਤੱਕ ਚਾਲੂ ਹੋ ਜਾਏਗੀ, ਤੁਸੀਂ ਰਿਕੁਐਸਟ ਦੇ ਦਿਓ, ਆਧਾਰ ਕਾਰਡ ਲੈ ਆਓ ਅਤੇ ਤੁਹਾਡੀ ਸਿਮ ਜਿਹੜੀ ਆ ਉਹ ਅਸੀਂ ਚਾਲੂ ਕਰ ਦਿਆਂਗੇ ਨਵਾਂ। ਉਹਨਾਂ ਉਸ ਤੋਂ ਬਾਅਦ ਮੈਂ ਕਿਸੇ ਰਿਟੇਲਰ ਕੋਲ ਗਿਆ ਵਾਂ, ਜਿਹੜੇ ਸਿਮਾਂ ਵੇਚਦੇ ਆ ਉਹਨਾਂ ਨੇ ਮੇਰੀ ਸਿਮ ਜਿਹੜੀ ਆ ਮੈਨੂੰ ਨਵੀਂ ਦੇ ਦਿੱਤੀ ਆ ਅਤੇ ਮੇਰੀ ਸਿਮ 1/2 ਘੰਟੇ ਬਾਅਦ ਚਾਲੂ ਹੋ ਗਈ ਆ। ਉਸ ਤੋਂ ਬਾਅਦ ਮੈਂ 3 ਤਰੀਕ ਨੂੰ ਆਪਣੀ ਐਪ ਡਾਊਨਲੋਡ ਕੀਤੀ ਆ, ਜਿਹਦੇ 'ਚ ਮੈਨੂੰ ਇਹ ਪਤਾ ਲੱਗਾ ਕਿ ਮੇਰੇ 2 ਅਕਾਊਂਟਾਂ 'ਚੋਂ ਪੈਸੇ ਜਿਹੜੇ ਆ ਉਹ ਉੱਡ ਗਏ ਆ। ਇੱਕ ਸੇਵਿੰਗ ਅਕਾਊਂਟ ਸੀ ਮੇਰਾ, ਪੈਨਸ਼ਨ ਅਕਾਊਂਟ ਜਿਹਦੇ 'ਚ ਮੇਰੀ ਪੈਨਸ਼ਨ ਆਉਂਦੀ ਸੀ, ਐਜ ਇਟ ਇਜ਼ ਪੈਨਸ਼ਨ 31 ਤਰੀਕ ਨੂੰ ਕ੍ਰੈਡਿਟ ਹੋਈ ਸੀ, ਉਹ ਪੈਸੇ ਉੱਦਾਂ ਹੀ ਪੈਨਸ਼ਨ ਦੇ ਪੈਦੇ ਸੀ, ਉਹ ਪੈਸੇ ਸਾਰੇ ਮੇਰੇ ਜੀਰੋ ਬੈਲੈਂਸ ਹੋ ਗਿਆ। ਇੱਕ ਮੇਰੀ ਲਿਮਿਟ ਸੀਗੀ 10 ਲੱਖ ਦੀ, ਉਹਦੀ ਲਿਮਿਟ ਜਿਹੜੀ ਕਿ ਉਹ 10 ਲੱਖ ਦੇ 10 ਲੱਖ ਪੂਰਾ ਦਾ ਪੂਰਾ ਜਿਹੜਾ ਵਾ ਉਹ 4 ਟ੍ਰਾਂਜੈਕਸ਼ਨਾਂ 4 ਲੱਖ, 3 ਲੱਖ, 2 ਲੱਖ ਅਤੇ 1 ਲੱਖ ਦੇ ਨਾਲ ਸਾਰੇ ਪੈਸੇ ਜਿਹੜੇ ਆ ਉਹ ਵੀ ਸਾਈਬਰ ਠੱਗੀ ਦਾ ਮੈਂ ਸ਼ਿਕਾਰ ਹੋਇਆ। ਸਾਈਬਰ ਠੱਗਾਂ ਨੇ ਉਹ ਵੀ ਪੈਸੇ ਮੇਰੇ ਜਿਹੜੇ ਆ ਸਾਰੇ ਕਢਵਾ ਲਿੱਤੇ ਜਾਏ, ਜਿਹੜੇ ਕਿ ਡਿਫਰੈਂਟ ਬੈਂਕਾਂ ਦੇ ਵਿੱਚ, ਕੁਛ ਕਲਕੱਤੇ ਦੇ ਬੈਂਕਾਂ ਔਰ ਕੁਛ IDBI ਬੈਂਕ ਜਿਹੜਾ ਵਾ ਉਹ ਮੱਧ ਪ੍ਰਦੇਸ਼ ਦਾ ਵਾ ਜਿੱਥੇ ਮੇਰੇ ਪੈਸੇ ਗਏ ਆ। ਔਰ ਇਹਦੇ 'ਚ ਮੈਂ ਇਹ ਮੰਗ ਕਰਦਾ ਵਾਂ ਕਿ ਮੈਨੂੰ ਮੇਰੀ FIR ਲੌਂਚ ਕਰਕੇ ਇਹ ਇੰਕੁਆਇਰੀ ਕੀਤੀ ਜਾਏ ਕਿ ਮੇਰੇ ਪੈਸੇ ਜਿਹੜੇ ਆ ਉਹ ਕਿਉਂ ਗਏ, ਕਿੱਥੇ ਗਏ, ਔਰ ਮੇਰੀ ਜਿਹੜੀ ਸਿਮ ਵਾ ਉਹ ਕਿੱਦਾਂ ਬੰਦ ਹੋਈ, ਔਰ ਬੈਂਕ ਨੇ ਵੀ ਮੈਨੂੰ ਬਗੈਰ ਕਿਸੇ OTP ਤੋਂ, ਕੋਈ ਮੈਸੇਜ ਨਹੀਂ, ਕੋਈ OTP ਨਹੀਂ, ਬੈਂਕ ਨੇ ਵੀ ਪੈਸੇ ਕਿੱਦਾਂ ਮੇਰੇ ਡੈਬਿਟ ਕਰਵਾ ਦਿੱਤੇ, ਜਾਂ ਏਅਰਟੈਲ ਕੰਪਨੀ ਦਾ ਕੀ ਹੱਥ ਆ ਮੇਰੀ ਸਿਮ ਬੰਦ ਕਰਵਾਉਣ ਦਾ, ਤਾਂ ਕਿ ਇਹ ਸਾਈਬਰ ਠੱਗਾਂ ਦੇ ਨਾਲ ਮਿਲ ਕੇ ਇਹ ਪੈਸੇ ਜਿਹੜੇ ਆ ਉਹ ਬੈਂਕ ਇੰਪਲਾਈ ਦੇ ਪੈਸੇ ਜਿਹੜੇ ਆ ਉਹ ਜਾ ਰਹੇ ਆ।
11 ਲੱਖ ਰੁਪਏ ਦੇ ਕਰੀਬ ਠੱਗੀ ਹੈ। ਬੈਂਕ ਇੰਪਲੋਈ ਰਹੇ ਤੁਸੀਂ, ਕਾਫੀ ਦੇਰ ਬੈਂਕ 'ਚ ਕੰਮ ਕੀਤਾ ਹੈ, ਲੱਗਦਾ ਹੈ ਕਿ ਬੈਂਕ 'ਚ ਪੈਸੇ ਸੇਫ ਨਹੀਂ ਹੈਗੇ ਲੋਕਾਂ ਦੇ? ਬਿਲਕੁਲ ਜੀ, ਇਹ 'ਚੋਂ ਜੋ ਕੁਛ ਮੇਰੇ ਨਾਲ ਹੋਇਆ ਉਹਦੇ ਮੁਤਾਬਕ ਤਾਂ ਮੈਂ ਇਹੋ ਹੀ ਸਮਝਦਾ ਹਾਂ ਕਿ ਰਿਟਾਇਰਡ ਇੰਪਲਾਈ ਦੇ ਜਿਹੜੇ ਬੈਂਕਾਂ 'ਚ ਰਿਟਾਇਰਡ ਕੀ ਕਿਸੇ ਵੀ ਇੰਪਲਾਈ ਦੇ ਜਾਂ ਕਿਸੇ ਵੀ ਕਸਟਮਰ ਦੇ ਪੈਸੇ ਜਿਹੜੇ ਆ ਉਹ ਸੇਵ ਨਹੀਂ ਹੈਗੇ, ਕਿ ਇਹ ਠੱਗੀ ਜਿਹੜੀ ਆ ਮੇਰੇ ਨਾਲ ਹੋਈ ਆ, ਉਹ ਹੋਰ ਵੀ ਠੱਗੀ ਕਈਆਂ ਨਾਲ ਹੋਈ ਆ, ਜਿਵੇਂ ਕਿ ਮੈਨੂੰ ਐਗਜਾਂਪਲਾਂ ਮੇਰੇ ਕੋਲ ਅੱਜ ਹੈਗੀਆਂ ਵਾ, ਤਾਂ ਹੋ ਸਕਦਾ ਕਿ ਆਮ ਆਦਮੀਆਂ ਨਾਲ ਹੋਰ ਵੀ ਹੋ ਸਕਦੀਆਂ ਵਾ। ਜੇ ਇਹਨੂੰ ਬੈਂਕ ਪੂਰੀ ਤਰ੍ਹਾਂ ਪੂਰੀ ਐਕਟਿਵ ਨਹੀਂ ਹੁੰਦਾ ਜਾਂ ਇਹ ਠੱਗੀਆਂ ਨੂੰ ਨਹੀਂ ਰੋਕ ਪਾਉਂਦਾ, ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਲੱਗਦਾ ਵਾ ਕਿ ਬਹੁਤ ਜ਼ਿਆਦਾ ਭਾਰੀ ਠੱਗੀ ਹੋਣ ਦੇ ਖਤਰੇ ਹੈਗੇ। ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਥੋੜ੍ਹੇ ਦਿਨ ਹੋਏ ਆ, ਇਹ ਖੰਨਾ ਦਾ ਸ਼ਾਇਦ, ਉਹ ਵੀ ਬੈਂਕ ਇੰਪਲਾਈ PNB ਦੇ ਅਧਿਕਾਰੀ ਸੀ, ਉਹਨਾਂ ਨਾਲ ਵੀ ਇੱਦਾਂ ਦੀ ਠੱਗੀ ਹੋਈ ਹੈ। ਲੱਗਦਾ ਕਿ ਇਹ ਕੋਈ ਗਿਰੋਹ ਹੋ ਸਕਦਾ ਜਿਹੜਾ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ? ਬਿਲਕੁਲ ਜੀ, ਇਹ ਕੋਈ ਗਿਰੋਹ ਤਾਂ ਹੈਗਾ ਹੀ ਆ, ਜਿਹੜੇ ਕਿ ਇੰਨੇ ਵੱਡੇ ਲੈਵਲ 'ਤੇ ਬੈਂਕ ਰਿਟਾਇਰਡ ਬੈਂਕ ਇੰਪਲਾਈ ਦੇ ਨਾਲ ਠੱਗੀ ਕਰ ਰਿਹਾ ਵਾ। ਉਹਨਾਂ ਨੂੰ ਇਹ ਅੰਦੇਸ਼ਾ ਵਾ ਕਿ ਰਿਟਾਇਰਡ ਬੈਂਕ ਇੰਪਲਾਈ ਕੋਲ ਆਪਣੇ ਫੰਡ, ਰਿਟਾਇਰਮੈਂਟ ਫੰਡ ਜਿਹੜੇ ਆ ਉਹ ਹੁੰਦੇ ਆ, ਜਿਹੜੇ ਕਿ ਉਹਨਾਂ ਨੇ ਆਪਣੇ ਬੁਢਾਪੇ ਲਈ ਰੱਖੇ ਹੁੰਦੇ ਆ, ਉਹ ਪੈਸੇ ਉਹ ਬਗੈਰ ਕਿਸੇ ਐਜੀਟੇਸ਼ਨ ਤੋਂ ਪੈਸੇ ਵਿਡਰਾਅ ਕਰ ਲੈਂਦੇ ਆ, ਤਾਂ ਕਿ ਜਿਹੜੇ ਜਿਨ੍ਹਾਂ ਦੇ ਪੈਸੇ ਜਾਂਦੇ ਆ ਉਹ ਦਰ ਦਰ ਦੀ ਠੋਕਰਾਂ ਖਾਂਦੇ ਰਹਿਣ। ਟੈਕਨੋਲੋਜੀ ਬਹੁਤ ਅੱਗੇ ਵੱਧ ਚੁੱਕੀ ਹੈ, ਕਿਸੇ ਦਾ ਪੈਸਾ ਕੋਈ ਲੈ ਕੇ ਜਾਂਦਾ, ਇੱਕ ਬੈਂਕ ਅਧਿਕਾਰੀ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ, ਕੀ ਹੋਣਾ ਚਾਹੀਦਾ ਇਹਦੇ 'ਚ? ਮੈਂ ਤਾਂ ਇਹੋ ਰਿਕੁਐਸਟ ਕਰਾਂਗਾ ਕਿ ਪੈਸਾ ਹੁਣ ਬੰਦਾ ਕਿੱਥੇ ਰੱਖੇਗਾ? ਕੋਈ ਵੀ ਪੈਸਾ ਐਕਚੁਅਲੀ ਜਾਣਾ ਰੱਖਣਾ ਤਾਂ ਬੈਂਕਾਂ 'ਚ ਹੀ ਆ। ਬੈਂਕਾਂ 'ਚ ਤਾਂ ਜੋ ਲੱਗਦਾ ਪਿਆ ਕਿ ਅੱਜ ਕੱਲ੍ਹ ਫੰਡ ਜਿਹੜੇ ਆ ਉਹ ਬੈਂਕਾਂ 'ਚ ਵੀ ਸੇਵ ਨਹੀਂ ਹੈਗੇ, ਅਤੇ ਇਹੋ ਹੀ ਆ ਬੈਂਕ ਜਿਹੜੀ ਆ ਟੈਕਨੋਲੋਜੀ ਆ, ਇਹ ਜਿਹੜੀ ਅੱਜ ਕੱਲ੍ਹ ਇੰਨੀ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਆ, ਇਹ ਟੈਕਨੋਲੋਜੀ ਨੂੰ ਨਾ ਅਪਣਾਉਣ, ਟੈਕਨੋਲੋਜੀ ਦੇ ਵਿੱਚ ਜ਼ਿਆਦਾ ਨਾ ਇੰਟਰਸਟ ਕਰਨ, ਇੰਟਰਸਟ ਲੈਣ, ਔਰ ਜੋ ਕੁਛ ਉਹ ਪੁਰਾਣਾ ਸਿਸਟਮ ਜਿਹੜਾ ਵਾ ਥਰੂ ਚੈੱਕ ਪੇਮੈਂਟ ਲੈ ਕੇ ਅਤੇ ਆਪਣੇ ਆਪ ਨੂੰ ਸੇਵ ਕਰ ਸਕਦੇ। ਤੁਹਾਡੇ ਪੈਸੇ ਕਿਹੜੇ ਕਿਹੜੇ ਖਾਤੇ 'ਚ ਗਏ ਆ, ਕਿਹੜੇ ਕਿਹੜੇ ਮਤਲਬ ਆਊਟ ਆਫ ਸਟੇਟ ਗਏ ਆ ਜਾਂ ਸਟੇਟ 'ਚ ਹੀ ਰਹੇ ਆ? ਮੇਰੇ ਪੈਸੇ ਜਿਹੜੇ ਗਏ ਆ ਉਹ ਸਾਰੇ ਆਊਟ ਆਫ ਸਟੇਟ ਗਏ ਆ, ਜਿਨ੍ਹਾਂ ਦੇ ਵਿੱਚੋਂ 10 ਲੱਖ ਰੁਪਈਆ ਕੈਨਰਾ ਬੈਂਕ, ਯੂਨੀਅਨ ਬੈਂਕ, IDBI ਬੈਂਕ ਕਲਕੱਤਾ ਬ੍ਰਾਂਚ, ਔਰ IDBI ਬੈਂਕ ਜਿਹੜਾ ਵਾ ਉਹ ਦਮੋ MP ਦੇ ਵਿੱਚ, ਇਹਨਾਂ ਬੈਂਕਾਂ 'ਚ ਗਏ ਆ ਜੀ। ਬੈਂਕ ਚਾਹੇ ਤਾਂ ਟਰੇਸ ਕਰ ਸਕਦਾ, ਖਾਤੇ 'ਤੇ ਟਰੇਸ ਕੀਤੇ ਜਾ ਸਕਦਾ ਜਿਨ੍ਹਾਂ ਜਿਨ੍ਹਾਂ ਬੈਂਕਾਂ 'ਚ ਟ੍ਰਾਂਸਫਰ ਹੋਏ ਆ? ਬੈਂਕ ਨੇ ਅਕਾਊਂਟ ਟਰੇਸ ਅਸੀਂ ਆਪਣੇ ਲੈਵਲ 'ਤੇ ਖੁਦ ਨੈੱਟ ਤੋਂ ਟਰੇਸ ਕਰ ਲਏ ਸੀਗੇ, ਬੈਂਕ ਨੇ ਵੀ ਟਰੇਸ ਕੀਤੇ ਆ, ਬੈਂਕ ਨੇ ਈਮੇਲ, ਅਸੀਂ ਬੈਂਕ ਨੂੰ ਈਮੇਲ ਕਰ ਦਿੱਤੀਆਂ ਸੀ, PMO ਆਫਿਸ, ਫਾਈਨਾਂਸ ਡਿਪਾਰਟਮੈਂਟ ਅਤੇ ਨੋਡਲ ਆਫਿਸਰ, ਸਰਕਲ ਆਫਿਸ, ਬਹੁਤ ਸਾਰੇ ਬੈਂਕ, ਬਹੁਤ ਸਾਰੇ ਦਫ਼ਤਰਾਂ ਨੂੰ ਆਪਾਂ ਮੇਲ ਕਰ ਦਿੱਤੀਆਂ ਸੀ ਕਿ ਮੇਰੇ ਨਾਲ ਇਹ ਠੱਗੀ ਹੋਈ ਆ, ਜਿਹਦੀ ਇੰਕੁਆਇਰੀ ਜਿਹੜੀ ਆ ਉਹ ਕਰਨ। ਹੁਣ ਤੁਹਾਡੀ ਕੀ ਮੰਗ ਹੈ? ਮੇਰੀ ਮੰਗ ਤਾਂ ਸਰ FIR ਦਰਜ ਕਰਨ ਦੀ ਆ। ਮੇਰੀ ਮੰਗ ਇਹੋ ਹੀ ਆ ਕਿ ਸਾਈਬਰ ਕ੍ਰਾਈਮ ਵਾਲੇ ਪੁਲਿਸ ਮੇਰੀ FIR ਨੂੰ ਲਾਜ ਕਰ ਲੈਣ, ਲਾਜ ਕਰਕੇ ਅਤੇ ਇੰਕੁਆਇਰੀ ਕਰਨ, ਏਅਰਟੈੱਲ ਦੀ ਇੰਕੁਆਇਰੀ ਕਰੇ, ਔਰ ਬੈਂਕ ਕੋਲੋਂ ਵੀ ਇੰਕੁਆਇਰ ਪੂਰੀ ਤਰ੍ਹਾਂ ਕਰਨ ਕਿ ਇਹ ਫੰਡ ਜਿਹੜੇ ਆ ਇਹਨਾਂ ਨੂੰ ਰੀਕਾਲ ਕਰੋ, ਬੈਂਕ ਨੂੰ ਇਹ ਫੰਡ ਜਿਹੜੇ ਵਾਪਸ ਮੰਗਵਾਓ ਜਿੱਥੇ ਵੀ ਗਏ ਆ, ਕਿਉਂਕਿ ਇਹ ਬੈਂਕ ਕੋਲ ਵੀ ਟੈਕਨੋਲੋਜੀ ਆ ਔਰ ਸਾਈਬਰ ਕ੍ਰਾਈਮ ਡਿਪਾਰਟਮੈਂਟ ਕੋਲ ਵੀ ਟੈਕਨੋਲੋਜੀ ਬਹੁਤ ਐਡਵਾਂਸ ਆ। ਇਸ ਕਰਕੇ ਮੈਂ ਉਹਨਾਂ ਨੂੰ ਇਹੋ ਰਿਕੁਐਸਟ ਕਰਾਂਗਾ ਕਿ ਏਅਰਟੈੱਲ ਕੰਪਨੀ ਔਰ ਬੈਂਕਾਂ ਦੀ ਇੰਕੁਆਇਰੀ ਕਰਵਾ ਕੇ ਮੇਰੇ ਫੰਡ ਜਿਹੜੇ ਆ ਉਹ ਵਾਪਸ ਮਿਲਣੇ ਚਾਹੀਦੇ ਨੇ।
ਬਿਲਕੁਲ ਜੀ, ਵੱਖਰੀ ਤਰ੍ਹਾਂ ਦਾ ਮਾਮਲਾ ਹੈ। ਸਿਮ ਬਲੌਕ ਕਰਵਾ ਕੇ ਠੱਗੀ ਮਾਰੀ ਗਈ ਹੈ, ਕੋਈ OTP ਨਹੀਂ, ਕੋਈ ਲਿੰਕ ਨਹੀਂ ਭੇਜਿਆ ਗਿਆ। ਅਤੇ ਹੀਰਾ ਲਾਲ ਜੀ ਮੰਗ ਕਰ ਰਹੇ ਆ ਕਿ ਇਹਦੀ FIR ਦਰਜ ਕੀਤੀ ਜਾਏ ਅਤੇ ਇਹਨਾਂ ਦੇ ਪੈਸੇ ਵਾਪਸ ਕਰਵਾਏ ਜਾਏ। ਗੁਰਦਾਸਪੁਰ ਤੋਂ ਰੋਹਿਤ ਗੁਪਤਾ।